ਨਹੀਂ ਹੁੰਦੀ, ਕੋਈ ਕੁਛ ਨਹੀਂ ਮਰਦਾ। ਜਦੋਂ ਇਹ ਮੂਹਰੇ ਲੱਗੇ, ਇਹ ਮਰਦੇ ਨੇ ਤਾਂ ਜਦੋਂ ਸਾਡੇ ਵਾਲੇ ਮੂਹਰੇ ਲੱਗਦੇ ਇੱਕ ਗਰੀਬ ਲੋਕਾਂ ਦੇ ਘਰਾਂ ਦੇ ਵਿੱਚੋਂ। ਇਹਨਾਂ ਦੀ ਪਾਕਿਸਤਾਨ ਨਾਲ ਜਾਂ ਕਿਸੇ ਹੋਰ ਨਾਲ ਕੋਈ ਦੁਸ਼ਮਣੀ ਨਹੀਂ, ਇਸ ਤਰ੍ਹਾਂ ਦੀ ਮੈਂ ਇੱਕ ਮਿਲ ਜੂ ਜੀ। ਮੈਂ ਇੱਕ 2 ਮਿੰਟ ਦੀ ਕਵਿਤਾ, ਮੇਰੇ ਕੋਲ ਸ਼ਾਇਦ ਪੂਰੀ ਨਾ ਯਾਦ ਹੋਵੇ, ਤੁਹਾਨੂੰ ਉਮੀਦ ਕਰਦਾ ਤੁਹਾਨੂੰ ਪਸੰਦ ਆਊਗੀ। ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਹਾਏ ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਹਾਰੇ, ਹਾਏ ਕੁੱਕੜਾਂ ਵਾਂਗ ਲੜਾਉਂਦੇ ਲੋਕਾਂ ਨੂੰ ਸਰਹੱਦਾਂ ਤੇ, ਇਹ ਬਲੀ ਦੇ ਬੱਕਰੇ ਬਣਦੇ ਹਾਕਮ ਦੇ ਇਸ਼ਾਰੇ, ਹਾਏ ਲੀਡਰ ਖਾਨ ਦਲਾਲੀ ਪਣਡੁੱਬੀਆਂ ਤੇ ਤੋਪਾਂ ਚੋਂ, ਹਾਏ ਲੀਡਰ ਖਾਨ ਦਲਾਲੀ ਪਣਡੁੱਬੀਆਂ ਤੇ ਤੋਪਾਂ ਚੋਂ, ਉਹ ਕਫਨ ਘਟਾਲੇ ਕਰਦੇ ਚਰਚਾ ਪਾਸੇ ਚਾਰੇ, ਹਾਏ ਸੀਨੇ ਬਲਦੀਆਂ ਲਾਟਾਂ ਉੱਤੋਂ ਚੁੱਲ੍ਹੇ ਠਰੇ ਹੋਏ, ਹਾਏ ਵਿਧਵਾ ਨੂੰਹਾਂ ਧੀਆਂ ਜੀਵਨ ਕਾਸ ਸਹਾਰੇ, ਹਾਏ ਵਿਧਵਾ ਨੂੰਹਾਂ ਧੀਆਂ ਜੀਵਨ ਕਾਸ ਸਹਾਰੇ, ਉਹ ਚੜਕੇ ਕਿਲੇ ਦੇ ਉੱਤੇ ਉੱਚਾ ਕਰਨ ਤਰੰਗਾਂ ਨੂੰ, ਉਹ ਚੜਕੇ ਕਿਲੇ ਦੇ ਉੱਤੇ ਉੱਚਾ ਕਰਨ ਤਰੰਗੇ ਨੂੰ, ਆਏ ਮੁੱਲ ਸ਼ਹੀਦੀਆਂ ਦਾ ਬਟ ਲਾਉਂਦੇ ਉੱਚੀ ਨਾਰੇ, ਉਹ ਮੁੱਲ ਸ਼ਹੀਦੀਆਂ ਦਾ ਬਟ ਲਾਉਂਦੇ ਉੱਚੀ ਨਾਰੇ, ਉਹ ਲੋਕ ਮੁਕਤੀ ਦੀ ਜੰਗ ਜਦੋਂ ਜੀਤਿਆ ਛਿੜਨੀ ਹੈ, ਉਹ ਛੇੜ ਦੇਣਗੇ ਕੰਬ ਜਦ ਜੁੜ ਗਏ ਹੱਥ ਕਰਾਰੇ। ਜਿੰਦਾਬਾਦ ਜਿੰਦਾਬਾਦ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਪਿਛਲੇ ਦਿਨੀ ਜਿਹੜੇ ਸ਼੍ਰੀਨਗਰ ਦੇ ਵਿੱਚ, ਜੰਮੂ ਦੇ ਵਿੱਚ 4 ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਏ ਅਤੇ ਪੂਰੇ ਦੇਸ਼ ਦੇ 40 ਤੋਂ ਵੱਧ ਨੌਜਵਾਨ ਜਿਹੜੇ ਫੌਜੀ ਭਰਾ ਸੀ ਸਾਡੇ, ਉਹ ਸ਼ਹੀਦ ਹੋ ਗਏ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਅੱਜ ਦਾ ਇਹ ਡਾਕਟਰ ਅੰਬੇਡਕਰ ਚੇਤਨਾ ਮੰਚ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਅਸੀਂ ਕੈਂਡਲ ਮਾਰਚ ਇੱਥੇ ਕੱਢਣਾ ਹੈ ਅਤੇ ਉਹਦੇ ਦੇ ਲਈ ਅਸੀਂ ਇੱਥੇ ਇਕੱਠੇ ਹੋਏ। ਨਵੇਂ ਨੌਜਵਾਨਾਂ ਨੂੰ ਕੋਈ ਸੰਦੇਸ਼? ਨਵੇਂ ਨੌਜਵਾਨਾਂ ਨੂੰ ਇਹ ਸੰਦੇਸ਼ ਦੇਵਾਂਗੇ ਵੀ ਦੇਖੋ, ਦੇਸ਼ ਦੇ ਲਈ ਮਰ ਮਿਟਣ ਦਾ ਜਿੱਥੇ ਸਾਡੇ 'ਚ ਜਜ਼ਬਾ ਹੋਣਾ ਚਾਹੀਦਾ, ਉੱਥੇ ਸਾਨੂੰ ਤਰਕ ਵੀ ਸਾਡੇ ਪੱਲੇ ਹੋਣਾ ਚਾਹੀਦਾ ਹੈ ਅਤੇ ਸਾਨੂੰ ਦੁਸ਼ਮਣ ਦੀਆਂ ਅਤੇ ਆਪਣਿਆਂ ਦੀਆਂ ਸਾਜ਼ਿਸ਼ਾਂ ਨੂੰ ਵੀ ਸਮਝਣਾ ਚਾਹੀਦਾ ਅਤੇ ਸਾਨੂੰ ਸੁਚੇਤ ਹੋ ਕੇ ਚੱਲਣਾ ਚਾਹੀਦਾ। ਜਿਹੜੇ ਪੁਲਵਾਮਾ ਦੇ ਵਿੱਚ ਜੀ ਚਾਲੇ ਸਾਡੇ 40 CRPF ਦੇ ਜਵਾਨ ਜਿਹੜੇ ਸ਼ਹੀਦ ਹੋਏ ਨੇ, ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਮਤਲਬ ਜਿਹੜੇ ਹੈਗੇ ਆ ਅਸੀਂ ਇਕੱਠੇ ਹੋਏ ਹਾਂ ਜੀ। ਅਤੇ ਅਸੀਂ ਮਤਲਬ ਜਿਹੜੇ ਇੱਦਾਂ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਜੋ ਮੋਦੀ ਸਰਕਾਰ ਨੇ ਅੱਜ ਮਤਲਬ ਫੈਸਲਾ ਲਿਆ ਕਿ ਆਰਮੀ ਨੂੰ ਫਰੀ ਹੈਂਡ ਕੀਤਾ, ਇਹ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਕਿ ਇਹ ਜਵਾਨ ਜਿਹੜੇ ਸੀਗੇ ਅਜਾਈ ਨਾ ਜਾਣ। ਸਾਡੇ ਜਵਾਨ ਜਿਹੜੇ ਨੇ ਉਹ ਸਾਡੀ ਰੱਖਿਆ ਲਈ ਉੱਥੇ ਖੜ੍ਹੇ ਆ। ਹਾਂ, ਜਿਹੜੀ ਪੁਲਵਾਮਾ ਦੇ ਵਿੱਚ ਸਾਡੇ 44 ਨੌਜਵਾਨ CRPF ਦੇ ਸ਼ਹੀਦ ਹੋਏ ਨੇ, ਉਹਨਾਂ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਜਿਹੜਾ ਇਹ ਅਣਮਨੁੱਖੀ ਕਾਰਾ ਵਾਪਰਿਆ, ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਹਨਾਂ ਦਰਿੰਦਿਆਂ ਦੇ ਉੱਤੋਂ ਜਿਹੜੇ ਇਹ ਕਾਰਾ ਕਰਦੇ ਨੇਗੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ,